ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਅਧਿਆਪਕ ਸਾਥੀਆਂ ਨੂੰ। ਖੁਰਾਣਾ ਮੋਰਚਾ ਲਗਾਤਾਰ ਜਾਰੀ ਆ ਜੀ, 204 ਦਿਨ ਹੋ ਗਏ, ਅੱਜ 6.5 ਮਹੀਨੇ ਹੋ ਗਏ, 6.5 ਮਹੀਨੇ ਲਗਾਤਾਰ ਆਪਣਾ ਸੰਘਰਸ਼ ਜਾਰੀ ਆ। ਔਖਾ ਸੰਘਰਸ਼ ਕਰਨਾ ਪੈ ਰਿਹਾ ਆਪਾਂ ਨੂੰ ਸਾਰਿਆਂ ਦੇ ਲਈ, ਔਖਾ, ਮੈਂ ਤਾਂ ਔਖਾ ਹੈ ਹੀ ਹਾਂ, ਇੱਥੇ ਸਾਰੇ ਆਪਣੇ ਵਰਗ ਸਾਰਾ ਔਖਾ ਵਿਚਾਰਾ, ਇੰਨਾ ਲੰਬਾ ਸੰਘਰਸ਼, ਇੰਨਾ ਔਖਾ ਸੰਘਰਸ਼ ਕਰਨਾ, ਪਰ ਜ਼ਰੂਰੀ ਆ, ਕਿਉਂਕਿ ਨਹੀਂ ਤਾਂ ਸਰਕਾਰ ਨੇ ਕੰਮ ਹੀ ਖਰਾਬ ਕਰ ਦੇਣਾ ਸੀ ਆਪਣਾ, ਆਪਾਂ ਤਾਂ ਕਦੇ ਬੋਲ ਹੀ ਨਹੀਂ ਸਕਦੇ ਸੀ। ਹੁਣ ਸੋਚ ਕੇ ਦੇਖੋ ਵੀ ਜੇ ਅਸੀਂ ਵੀ ਸਰਕਾਰ ਵਾਲੇ ਉਸ ਸਟੇਜ 'ਤੇ ਹਾਰ ਪਵਾਉਣ ਵਾਲੇ ਅੱਜ ਖੜ੍ਹੇ ਹੁੰਦੇ, ਅਸੀਂ ਵੀ ਭਗਵੰਤ ਮਾਨ ਜ਼ਿੰਦਾਬਾਦ ਦਾ ਨਾਰਾ ਲਾਈ ਜਾਂਦੇ ਹੁੰਦੇ, ਤਾਂ ਕਿਹੜੇ ਮੂੰਹ ਨਾਲ ਕਦੇ ਆਪਦੀ ਰਹਿੰਦੀ ਮੰਗ ਨੂੰ ਬੋਲਦੇ, ਕਿਹੜੇ ਮੂੰਹ ਨਾਲ ਬੋਲਦੇ ਵੀ ਸਰਕਾਰ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਸਿਵਾਏ ਤਨਖਾਹ ਦੇ ਵਾਧੇ ਤੋਂ, ਕਿਹੜੇ ਮੂੰਹ ਨਾਲ ਬੋਲਦੇ ਵੀ ਇੱਕ ਮੁਲਾਜ਼ਮ ਨੂੰ ਮਿਲਣ ਵਾਲੇ ਸਾਰੇ ਬੈਨੀਫਿਟ ਸਾਡੇ 'ਤੇ ਲਾਗੂ ਹੋਣੇ ਚਾਹੀਦੇ ਆ। ਤਾਂ ਇਹ ਚੀਜ਼ਾਂ ਬੋਲਣ ਵਾਸਤੇ ਸਾਨੂੰ ਕਈ ਸਾਲ ਲੱਗ ਜਾਣੇ ਸੀ, ਜਿਹੜੇ ਅਸੀਂ ਉਸੇ ਦਿਨਾਂ ਤੋਂ ਹੀ ਬੋਲਦੇ ਆ ਰਹੇ ਹਾਂ, ਪਹਿਲੇ ਦਿਨ ਤੋਂ ਹੀ ਜਿੱਦੇ ਤਨਖਾਹ ਵਾਧਾ ਹੋਇਆ। ਸੋ ਪੰਜਾਬ ਸਰਕਾਰ ਨੇ ਇਹ ਸਾਡੇ ਨਾਲ ਮਾੜੀ ਕਰੀ ਹੈ ਗੱਲ। ਸਰਕਾਰ ਜੇ ਇੰਨਾ ਕੁ ਬੋਲਦੀ ਵੀ ਅਸੀਂ ਤਨਖਾਹ ਵਾਧਾ ਕਰ ਦਿੱਤਾ, ਬਾਕੀ ਗੱਲਾਂ ਬਾਅਦ 'ਚ ਦੇਖਾਂਗੇ, ਤਾਂ ਅਸੀਂ ਸਾਰੇ ਲੋਕ ਖੁਸ਼ੀ ਖੁਸ਼ੀ ਇਹ ਗੱਲ ਨੂੰ ਪ੍ਰਵਾਨ ਕਰਦੇ। ਪਰ ਸਰਕਾਰ ਤਾਂ ਬੜੀ ਚਤਰ ਚਲਾਕ ਸਮਝਦੀ ਸੀ ਵੀ ਮਤਲਬ ਬਸ ਅੱਜ ਤੋਂ ਬਾਅਦ ਤੁਹਾਡਾ ਕੰਮ ਨਿਬੜ ਗਿਆ, ਤੁਸੀਂ ਸਾਈਡ 'ਤੇ ਹੋ ਜਾਓ, ਸਾਡਾ ਵੋਟ ਬੈਂਕ ਬਣ ਜਾਓ, ਹੁਣ ਤੁਸੀਂ ਬੋਲਣਾ ਨਹੀਂ। ਅਤੇ ਸਾਡੇ ਹਾਲਾਤ ਕੀ ਨੇ ਪਿਛਲੇ, ਮੈਂ ਅੱਜ ਹੀ ਇੱਕ ਪੋਸਟ ਪੜ੍ਹ ਰਿਹਾ ਸੀ, ਹੁਣ ਕੋਈ ਆਈ ਵੀ ਵਾਲਾ ਸਾਥੀ, ਇਹ ਆਈ ਪਤਾ ਨਹੀਂ ਆਈ ਵੀ ਇਹਨਾਂ ਦੇ ਵਿੱਚੋਂ ਕੋਈ ਸਾਥੀ ਰਿਟਾਇਰ ਹੋਇਆ ਕੱਲ੍ਹ, ਕੀ ਵਿਚਾਰੇ ਦੇ ਮਨ ਦੇ ਭਾਵ ਹੋਣਗੇ ਯਾਰ, ਫੋਨ ਕਰਕੇ ਪੁੱਛ ਕੇ ਦੇਖੋ, ਹਾਲਾਤ ਜਾਣ ਕੇ ਦੇਖੋ ਉਹਦੇ, 18 ਸਾਲ ਜਾਂ 15 ਸਾਲ ਜਿੰਨੇ ਵੀ, ਚਲੋ 14-15 ਸਾਲ ਹਰ ਇੱਕ ਨੇ ਕੰਮ ਕਰਿਆ, ਕੀ ਬਣਿਆ ਹੋਊਗਾ, ਹੈ ਨਾ, ਕੀ ਮਨ ਅਤੇ ਭਾਵ ਹੋਣਗੇ ਉਹਦੇ। ਸੋ ਅੱਜ ਨਵਾਂ ਸਾਲ ਹੈ, ਸਾਰਿਆਂ ਨੂੰ ਨਵਾਂ ਸਾਲ ਦੀਆਂ ਵਧਾਈਆਂ। 2024 ਦੇ ਵਿੱਚ ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋਣ, ਤਰੱਕੀਆਂ ਕਰੋ ਤੁਸੀਂ ਸਾਰੇ, ਅਤੇ ਨਾਲ ਹੀ ਮੈਂ ਆਸ ਕਰੂੰਗਾ ਵੀ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਮੰਗ ਨੂੰ ਸਰਕਾਰ ਤੋਂ ਮਨਵਾਈਏ, ਜਿਹੜੀ ਅਸੀਂ 2023 ਦੇ ਵਿੱਚ ਆਪਣੀ ਮੰਗ ਨੂੰ ਦੁਬਾਰੇ ਸਟੈਂਡ ਕਰ ਲਿਆ ਵੀ ਆਹ ਸਾਡੀ ਮੰਗ ਹੈਗੀ। ਇਹ ਸਟੈਂਡ ਕਰਨ ਦੇ ਲਈ ਬੜਾ ਮਰਨਾ ਪਿਆ ਰੋਜ਼, ਆਓ ਇੱਕ ਲੰਬਾ ਕਾਫਲਾ ਬਣਾਈਏ, ਵੱਡਾ ਕਾਫਲਾ ਬਣਾਈਏ, ਇੱਕ ਮੰਜ਼ਿਲ ਮਿਥੀਏ ਵੀ ਇੱਥੇ ਤੱਕ ਪਹੁੰਚਣਾ ਅਤੇ ਉਹਦੇ ਲਈ ਲੜਾਈ ਲੜੀਏ, ਅਤੇ ਦੁਆ ਕਰੀਏ ਪਰਮਾਤਮਾ ਅੱਗੇ, ਉਸ ਕੁਦਰਤ ਅੱਗੇ, ਕੋਈ ਜਿਹੜੀ ਜਿੱਥੇ ਹੈ ਕੋਈ ਹਿਲਜੁਲ ਹੁੰਦੀ ਆ ਉਸ ਸ਼ੈ ਅੱਗੇ, ਵੀ ਸਰਕਾਰ ਨੂੰ ਵੀ ਮਤ ਬਖਸ਼ੇ ਪਰਮਾਤਮਾ ਕੁਦਰਤ, ਜਿਹੜਾ ਸਾਡੇ ਨਾਲ ਨਿਆਂ ਕਰੇ ਸਰਕਾਰ, ਸਾਡੇ ਉਹਨਾਂ ਲੋਕਾਂ ਨੂੰ ਵੀ ਮਤ ਬਖਸ਼ੇ ਕੁਦਰਤ ਪਰਮਾਤਮਾ, ਜਿਹੜੇ ਆਪਣੇ ਆਪ ਨੂੰ ਸਰਕਾਰ ਮੰਨ ਕੇ ਆਪਦੇ ਲੋਕਾਂ ਨੂੰ ਕਹੀਗੇ ਵੀ ਸਭ ਕੁਛ ਨਿਬੜ ਗਿਆ, ਹੋ ਗਿਆ, ਓਕੇ ਹੋ ਗਿਆ, ਅਤੇ ਉਹਨਾਂ ਲੋਕਾਂ ਨੂੰ ਬਲ ਬਖਸ਼ੇ ਪਰਮਾਤਮਾ ਜਿਹੜੇ ਸਾਡੇ ਨਾਲ ਖੜ੍ਹੇ ਨੇ, ਅਤੇ ਜਾਂ ਜਿਹੜੇ ਚਾਹੁੰਦੇ ਆ, ਜਿਨ੍ਹਾਂ ਦੇ ਦਿਮਾਗ 'ਚ ਚਾਹੇ ਉਹ ਸਰਕਾਰ ਦੇ ਪੱਖ 'ਚ ਇੱਕ ਵਾਰੀ ਭੁਗਤ ਗਏ ਪਰ ਉਹਨਾਂ ਨੂੰ ਪਤਾ ਹੈ ਵੀ ਸਾਡੀ ਮੰਗ ਬਹੁਤ ਰਹਿੰਦੀ ਆ, ਅਸੀਂ ਲੜਾਂਗੇ ਅਤੇ ਅਸੀਂ ਪ੍ਰਾਪਤੀ ਕਰਾਂਗੇ, ਉਹਨਾਂ ਸਾਥੀਆਂ ਨੂੰ ਬਲ ਬਖਸ਼ੇ ਪਰਮਾਤਮਾ। ਨਾਲ ਮੈਂ ਅੱਜ ਮੇਰੇ ਮਨ 'ਚੋਂ ਇੱਕ ਗੱਲ ਜੀ ਨਿਕਲ ਰਹੀ ਆ ਵੀ ਆਪਾਂ ਨਾਲ ਇਹ ਵੀ ਕੋਸ਼ਿਸ਼ ਕਰੀਏ, ਦੁਆ ਕਰੀਏ, ਭਾਵਨਾ ਪੈਦਾ ਕਰੀਏ ਮਨ 'ਚ ਵੀ ਜਿਹੜੇ ਬੜੀ ਹਿੰਡ ਜੀ ਫੜੀ ਬੈਠੇ ਨੇ ਲੋਕ ਬਹੁਤ ਸਾਰੇ ਵੀ ਸਰਕਾਰ ਬਹੁਤ ਚੰਗੀ ਹੈ, ਸਾਨੂੰ ਸਭ ਕੁਛ ਦਿੱਤਾ, ਉਹਨਾਂ ਦਾ ਨੰਬਰ 2364 ਪੋਸਟਾਂ 'ਚ ਆ ਜੇ, ਇਹ ਭਾਵਨਾ ਬਣਾਓ ਮਨ 'ਚ, ਦੁਆ ਕਰੋ, ਨਾਲੇ ਤਾਂ ਉਹਨਾਂ ਦਾ ਫਾਇਦਾ ਹੋਜੂਗਾ ਨਾਲੇ ਸਾਡਾ ਫਾਇਦਾ ਹੋਜੂਗਾ। ਇਹ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਸਾਡਾ ਫਾਇਦਾ ਕਿਵੇਂ ਹੋ ਜਾਣਾ, ਨਾਲੇ ਉਹਨਾਂ ਨੂੰ ਇਹ ਵੀ ਪਤਾ ਲੱਗ ਜੂਗਾ ਵੀ ਇਹ ਉਹ ਭਰਤੀ ਆ
ਜਿਹੜੀ ਜਸਵੀਰ ਮੋਗਾ ਹੋ ਰਿਹਾ ਨੇ ਕੱਢੀ ਤਾਂ ਚਲੋ ਸਰਕਾਰ ਨੇ ਭਰਤੀ, ਪਰ ਉਹਦੇ ਵਿੱਚ ਕੱਚੇ ਅਧਿਆਪਕਾਂ ਨੂੰ 10 ਨੰਬਰ, ਕੱਚੇ ਅਧਿਆਪਕਾਂ ਨੂੰ ਬੀ ਐਡ ਵਾਲਿਆਂ ਨੂੰ ਐਡ ਕਰਾਉਣਾ ਜਿਹੜਾ ਕਦੇ ਵੀ ਨਹੀਂ ਹੋਇਆ, ਟੈਟ ਤੋਂ ਛੋਟ ਦਵਾਉਣੀ ਪੋਸਟਾਂ 'ਚ, ਬੇਸ਼ੱਕ ਲੈਟਰ ਪਹਿਲਾਂ ਕਿੱਦੇ ਦੇ ਆਏ ਹੋਏ ਸੀਗੇ, ਇਹ ਪੋਸਟਾਂ ਸਪੈਸ਼ਲੀ ਛੋਟ ਦਵਾਈ, ਨਾਲੇ ਉਹਨਾਂ ਨੂੰ ਇਹ ਅਹਿਸਾਸ ਹੋ ਜੇ ਵੀ ਇਹ ਜਸਵੀਰ ਮੋਗੇ ਹੋਰਿਆਂ ਦੀ ਟੀਮ ਦੀ ਭਰਤੀ ਹੈਗੀ ਜਿਹਦੇ ਵਿੱਚ ਸਾਨੂੰ ਬੈਨੀਫਿਟ ਮਿਲ ਰਿਹਾ, ਨਾਲੇ ਉਹਨਾਂ ਨੂੰ ਇਹ ਵੀ ਅਹਿਸਾਸ ਹੋ ਜੇ ਵੀ ਇਹ ਉਹ ਕ੍ਰਿਸ਼ਨ ਕੁਮਾਰ ਦੀ ਭਰਤੀ ਆ ਜਿਹੜੀ ਸਾਰੇ ਕੱਚੇ ਅਧਿਆਪਕਾਂ ਨੂੰ, ਜਿਹੜਾ ਮਤਲਬ ਕੱਚੇ ਅਧਿਆਪਕਾਂ ਦੀ ਮਦਦ ਕਰਕੇ ਉਹਨਾਂ ਦੇ ਹਾਲਾਤ ਸੁਧਾਰਨੇ ਚਾਹੁੰਦਾ ਸੀ, ਕਿਸੇ ਨੂੰ ਕਿਤੇ ਐਡਜਸਟ ਕਰਨਾ ਚਾਹੁੰਦਾ ਸੀ, ਕਿਸੇ ਨੂੰ ਕਿਤੇ ਐਡਜਸਟ ਕਰਨਾ ਚਾਹੁੰਦਾ ਸੀ, ਨਾਲੇ ਉਹਨਾਂ ਲੋਕਾਂ ਨੂੰ ਉਹ ਪਤਾ ਲੱਗ ਜੇ ਵੀ ਅਸੀਂ ਉਸੇ ਬੰਦੇ ਦੀ ਕੱਢੀ ਹੋਈ ਸਾਡੇ ਸਾਨੂੰ ਬੈਨੀਫਿਟ ਦੇਣ ਵਾਸਤੇ ਰਿਆਤ ਦੇ ਤੌਰ 'ਤੇ ਕੱਢੀ ਹੋਈ ਭਰਤੀ ਦਾ ਅਸੀਂ ਲਾਹਾ ਲੈ ਰਹੇ ਹਾਂ, ਨਾਲੇ ਉਹਨਾਂ ਨੂੰ ਚਾਨਣਾ ਹੋ ਜੇ ਦਿਮਾਗਾਂ 'ਚ। ਸੋ ਇਹ ਦੁਆ ਕਬੂਲ ਹੋਵੇ, ਮੈਂ ਤਾਂ ਕਹਿਣਾ ਅੱਗੇ ਪਰਮਾਤਮਾ ਦੇ ਅੱਗੇ ਤੁਸੀਂ ਵੀ ਸਾਰੇ ਕਰੋ, ਸਾਡਾ ਵੀ ਫਾਇਦਾ ਹੋਣਾ ਉਹਦੇ ਨਾਲ, ਅਸੀਂ ਲੋਕ ਲੜ ਰਹੇ ਹਾਂ ਅਤੇ ਕੁਝ ਚਾਹੇ ਸਰਕਾਰ ਪੱਖੀ ਨੇ ਪਰ ਉਹਨਾਂ ਦੇ ਦਿਮਾਗ 'ਚ ਇੱਕ ਚਿੜੰਗ ਹੈ ਲੜਨ ਦੀ, ਉਹਨਾਂ ਨੂੰ ਪਤਾ ਹੈ ਵੀ ਸਾਨੂੰ ਕੁਛ ਨਹੀਂ ਮਿਲਿਆ ਸੀ, ਅਸੀਂ ਸਰਕਾਰ ਤੋਂ ਲੈਣਾ। ਉਹ ਸਾਰੇ ਅਸੀਂ ਰਲ ਕੇ ਆ ਸਾਰੇ ਕੱਚੇ ਅਧਿਆਪਕਾਂ ਦੇ ਹਿੱਤ ਦੇ ਵਾਸਤੇ ਅੱਗੇ ਵਧੀਏ, ਅਤੇ ਜਿਹੜੇ ਕੱਚੇ ਅਧਿਆਪਕਾਂ ਦੇ ਹਿੱਤ ਦੇ ਵਿੱਚ ਨਹੀਂ ਬੋਲਦੇ, ਸਰਕਾਰ ਨੂੰ ਵੱਡਾ ਕਰਦੇ ਨੇ, ਉਹ ਪੱਕੀ ਨੌਕਰੀ 'ਤੇ ਲੱਗ ਜਾਣ 2364 ਦੇ ਵਿੱਚ। ਇਹ ਦੁਆ ਗਈ ਨਵੇਂ ਸਾਲ 'ਤੇ ਮੇਰੇ ਵੱਲੋਂ। ਤਾਂ ਫਿਰ ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਦੋਸਤੋ, ਸਮਾਂ ਨਾ ਖੁੰਝਾ ਲਿਓ, ਇਹੋ ਜਿਹੇ ਹਾਲਾਤ ਨਾ ਪੈਦਾ ਕਰ ਲਿਓ ਵੀ ਕਦੇ ਫਿਰ ਕਦੇ ਬੋਲਣ ਜੋਗਰ ਹੀ ਨਾ ਰਹੋ। ਯਾਰ ਮੇਰੀ ਗੱਲ ਨੂੰ ਕਿਸੇ ਨੇ ਹੁਣ ਗਲਤ ਨਹੀਂ ਲੈਣਾ, ਬੜੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਮੈਂ ਇਹ ਚੰਗੇ ਵੀ ਬੋਲੀਆਂ ਨਾ ਸ਼ਬਦ, ਬੜੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਲੱਗਦਾ ਉਹ ਮਾੜੇ ਆ। ਹੁਣ ਜਿਹੜੇ ਤਾਂ ਕਹਿੰਦੇ ਵੀ ਅਸੀਂ ਤਾਂ ਸਰਕਾਰ ਵਧੀਆ, ਉਹਨਾਂ ਨੂੰ ਤਾਂ ਮਾੜੇ ਲੱਗਣਗੇ, ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਆਪਦੇ ਲੋਕਾਂ ਦੇ ਲਈ, ਜਿਨ੍ਹਾਂ ਦੀ ਅਗਵਾਈ ਅਸੀਂ ਪਿਛਲੇ 15-18-20 ਸਾਲ ਤੋਂ ਕਰ ਰਹੇ ਹਾਂ, ਜਿਹੜੇ ਲੋਕਾਂ ਨੇ ਸਾਨੂੰ ਪ੍ਰਧਾਨ ਬਣਾਇਆ, ਅਗਵਾਈਆਂ ਦਿੱਤੀਆਂ, 15-18 ਸਾਲ ਤੋਂ ਸਾਡੀ ਬੈਕ 'ਤੇ ਖੜ੍ਹੇ, ਸਾਨੂੰ ਫੰਡ ਦਿੱਤੇ, ਡਾਂਗਾ ਸੋਟੀਆਂ ਖਾਧੀਆਂ, ਉਹਨਾਂ ਵਾਸਤੇ ਅਸੀਂ ਖੜ੍ਹਨਾ। ਤਾਂ ਨਵੇਂ ਸਾਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਲ ਮਿਲੇ, ਆਓ ਕਾਫਲੇ ਬਣਾ ਕੇ ਸਰਕਾਰ ਦੇ ਖਿਲਾਫ ਲੜੀਏ। ਮੈਂ ਇੱਥੋਂ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ ਅਤੇ ਜਾਰੀ ਰੱਖੂੰਗਾ, ਸਿਰੇ ਲਾਵਾਂਗੇ ਲੜਾਈ ਨੂੰ, ਆਪਣੀ ਮੰਗ ਨੂੰ ਸਟੈਂਡ ਰੱਖਾਂਗੇ। ਜੇ ਥੋੜ੍ਹੀ ਜਿਹੀ ਗੱਲ 'ਤੇ ਖੁਸ਼ ਹੋਣਾ ਹੁੰਦਾ ਨਾ ਮੰਤਰੀਆਂ ਨਾਲ, ਸਰਕਾਰਾਂ ਨਾਲ ਜਾਰੀਆਂ ਪਾਉਣੀਆਂ ਹੁੰਦੀਆਂ, ਤਾਂ ਇਹ ਸਾਡੀ ਗੱਲ ਕਿੱਦੇ ਦੀ ਨਿਬੜ ਗਈ ਹੁੰਦੀ। ਫਿਰ ਉਹਦੇ ਵਿੱਚ ਮੰਗ ਸਟੈਂਡ ਨਾ ਹੁੰਦੀ, ਫਿਰ ਉਹਦੇ ਵਿੱਚ ਐਂ ਕਲੀਅਰ ਨਾ ਹੁੰਦਾ ਵੀ ਸਾਡੇ ਭੱਤੇ ਰਹਿੰਦੇ ਨੇ, ਸਾਨੂੰ ਕੁਝ ਨਹੀਂ ਮਿਲਿਆ, ਸਾਡੀ ਉੱਕਣ ਪੁੱਕੀ ਤਨਖਾਹ ਵਧੀ ਆ। ਤਾਂ ਇਹ ਸਾਰੀ ਗੱਲ ਲੋਕਾਂ ਨੂੰ ਚਾਨਣਾ ਪਾਉਣ ਲਈ, ਲੋਕਾਂ ਦੇ ਦਿਮਾਗ ਖੋਲ੍ਹਣ ਦੇ ਲਈ, ਸਮਾਜ 'ਚ ਸਾਡੀ ਮੁੱਖ ਮੰਗ ਨੂੰ ਪੇਸ਼ ਕਰਨ ਦੇ ਲਈ ਸਾਨੂੰ ਆਹ ਸਾਰਾ ਕੁਛ ਝੱਲਣਾ ਪਿਆ ਅਤੇ ਸਰਕਾਰ ਦੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਠੁਕਰਾਉਣਾ ਪਿਆ। ਤਾਂ ਲੜ ਰਹੇ ਹਾਂ, ਸਾਰੇ ਸਹਿਯੋਗ ਕਰੋ। ਨਵਾਂ ਸਾਲ ਹੈਗਾ, ਵੱਡੇ ਕਾਫਲਿਆਂ ਦੇ ਨਾਲ ਵੱਡੇ ਐਕਸ਼ਨ ਹੋਣਗੇ, ਵੱਡੀ ਪੱਧਰ 'ਤੇ ਮੈਨ ਪਾਵਰ ਦੀ ਵੀ ਲੋੜ ਹੈ, ਫਾਈਨੈਂਸ਼ਲੀ ਤੌਰ 'ਤੇ ਵੀ ਮਜ਼ਬੂਤ ਕਰੋ ਜਥੇਬੰਦੀ ਨੂੰ। ਲੰਬਾ ਸੰਘਰਸ਼ ਹੋ ਗਿਆ, ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਆ। ਸੁਖਜਿੰਦਰ ਦਾਖਾ ਜੀ ਸਾਡੇ ਸਟੇਟ ਦੇ ਕੈਸ਼ੀਅਰ ਨੇ, ਆਪਦੇ ਜ਼ਿਲ੍ਹਿਆਂ ਨੂੰ ਤਾਂ ਤੁਸੀਂ ਫੰਡ ਦਿੰਦੇ ਹੀ ਹੋ, ਜ਼ਿਲ੍ਹਿਆਂ ਦੇ ਰਾਹੀਂ ਸਾਡੇ ਕੋਲ ਥੋੜ੍ਹਾ ਥੋੜ੍ਹਾ ਪਹੁੰਚਦਾ ਜਿੰਨਾ ਕੁ ਅਸੀਂ ਲਾਇਆ ਗਾ ਸਟੇਟ ਜ਼ਿਲ੍ਹਿਆਂ ਨੂੰ। ਤਾਂ ਸਿੱਧੇ ਵੀ ਜਿਹੜੇ ਸਾਥੀ ਹੁੰਦੇ ਆ ਘਰੋਂ ਚੰਗੇ ਹੁੰਦੇ ਹੈਗੇ, ਉਹ ਸਿੱਧੇ ਵੀ ਸੁਖਜਿੰਦਰ ਸਿੰਘ ਦਾਖਾ ਜੀ ਉਹਨਾਂ ਦਾ ਤੁਸੀਂ ਗੂਗਲ ਪੇ ਨੰਬਰ ਮੰਗਵਾ ਕੇ ਉਹਨਾਂ ਨੂੰ ਸਿੱਧਾ ਮਤਲਬ ਮਦਦ ਕਰ ਸਕਦੇ ਆ ਸਾਡੀ ਯੂਨੀਅਨ ਨੂੰ। ਜੇ ਕੋਈ ਹੋਰ ਸੰਸਥਾਵਾਂ ਵਗੈਰਾ ਬਾਹਰੋਂ ਹੈ ਨਾ ਕੋਈ ਫਾਈਨੈਂਸ਼ਲੀ ਮਦਦ ਜਥੇਬੰਦੀ ਦੀ, ਕਿਉਂਕਿ ਲੰਬਾ ਸੰਘਰਸ਼ ਹੋ ਗਿਆ, ਮਤਲਬ ਜਿਵੇਂ ਕਹਿੰਦੇ ਆ ਰੋਜ਼ ਦਾ ਔਖਾ ਗਾ ਖਰਚੇ ਹੈ ਨਾ ਕੱਢਣੇ, ਪੈਸਾ ਅਸੀਂ ਇਕੱਠਾ ਕਰਕੇ ਕੁਛ ਨਹੀਂ ਕਰਨਾ, ਬਸ ਉਹ
ਰੈਲੀਆਂ ਮੁਜ਼ਾਹਰੇ ਫੰਡ ਫੁੰਡ ਆਹ ਕਰਦੇ ਹਾਂ, ਜਿਹੜਾ ਕੋਈ ਪ੍ਰੋਗਰਾਮ ਚੱਲਦੇ ਆ ਉਹ ਚੱਲਦਾ ਰਹੇ ਸਾਡਾ। ਸੋ ਦੋਸਤੋ, ਇੱਕ ਆਪਣਾ ਪੋਡਕਾਸਟ ਆਇਆ ਸੀਗਾ ਰਤਨ ਧਾਲੀਵਾਲ ਦੇ ਹੋਰਾਂ ਦੇ ਵੱਲੋਂ, ਉਹ ਸਾਰੇ ਸੁਣਿਓ। ਅੱਗੇ ਆਪਣੇ ਰਿਸ਼ਤੇਦਾਰਾਂ ਪਿੰਡਾਂ ਦੇ ਵਿੱਚ ਗਰੁੱਪ ਨੇ ਜਿਹੜੇ, ਉੱਥੇ ਤੱਕ ਸ਼ੇਅਰ ਕਰਿਓ। ਬੜੀ ਵੱਡੀ ਗੱਲ ਹੈ ਉਹ, ਕੱਚੇ ਅਧਿਆਪਕਾਂ ਦੇ ਲਈ ਐਡੀ ਗੱਲ ਬਾਹਰ ਆਉਣੀ ਐਡੇ ਵੱਡੇ ਚੈਨਲ ਤੋਂ ਜਿਹਨੂੰ ਫੋਰਨ ਦੇ ਵਿੱਚ ਵੀ ਸੁਣਿਆ ਜਾਂਦਾ। ਸੋ ਲੜਾਂਗੇ ਜੀ, ਬਸ ਮੈਂ ਤਾਂ ਇਹੀ ਕਹੂੰਗਾ, ਲੜਾਈ ਜਾਰੀ ਰੱਖਾਂਗੇ। ਬਾਕੀ ਮੈਂ ਤਾਂ ਜ਼ਿੰਮੇਵਾਰੀ, ਜਿਵੇਂ ਕਹਿੰਦੇ ਹੁੰਦੇ ਆ, ਜ਼ਿੰਮੇਵਾਰੀ ਨਿਭਾ ਰਹੇ ਹਾਂ। ਸਟੇਟ ਬੋਡੀ ਦਾ ਦਿੱਤਾ ਹੋਇਆ ਫੈਸਲਾ ਸਿਰ ਮੱਥੇ ਹੈਗਾ। ਆਹ ਦੋ ਵੀ ਨਹੀਂ ਕਹਿ ਸਕਦੇ, ਡੇਢ ਪੌਣੇ ਦੋ ਕੁ ਮਹੀਨੇ ਰਹਿ ਗਏ ਚੋਣ ਜਾਬਤਾ ਲੱਗਣ ਦੇ ਵਿੱਚ। ਚੋਣ ਜਾਬਤੇ ਤੱਕ ਪੱਕੇ ਵੱਡੇ ਪੱਕੇ ਪੈਰੀ ਲੜਾਈ ਦੇਣੀ ਆ, ਮਜ਼ਬੂਤ ਲੜਾਈ ਦੇਣੀ ਆ ਹੁਣ। ਅਤੇ ਹੁਣ ਸੰਘਰਸ਼ਾਂ ਦਾ ਜਿਹੜਾ ਪੂਰਾ ਦੌਰ ਆਊਗਾ, ਹਰ ਕੋਈ ਆਪਣੀਆਂ ਮੰਗਾਂ ਬਣਵਾਉਣ ਲਈ ਸੜਕਾਂ 'ਤੇ ਉਤਰੂਗਾ, ਅਤੇ ਅਸੀਂ ਪਿੱਛੇ ਨਹੀਂ ਰਹਿਣਾ। ਅਸੀਂ ਐਡੀ ਵੱਡੀ ਲੜਾਈ ਇੱਥੋਂ ਤੱਕ ਲੈ ਕੇ ਆਏ ਹਾਂ ਤਾਂ ਆਪਣੀਆਂ ਪ੍ਰਾਪਤੀਆਂ ਵੀ ਕਰਨੀਆਂ ਨੇ, ਆਪਣੀ ਮੰਗ ਨੂੰ ਸਟੈਂਡ ਰੱਖਣਾ। ਸੋ ਆਓ ਸਮੂਹ ਕੱਚੇ ਰਿਹਾ ਸਾਥੀਓ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਹੋਰ ਕਿਹੜੇ ਤਰੀਕੇ ਨਾਲ ਬੁਲਾਇਆ ਜਾਵੇ ਕਿਸੇ ਨੂੰ, ਹੈ ਨਾ। ਜੇ ਹੁਣ ਵੀ ਨਹੀਂ ਸਮਝਦੇ ਤਾਂ ਬਹੁਤ ਪਿੱਛੇ ਹੋ ਜਾਓਗੇ। ਲੋਕਾਂ ਨੇ ਸਾਨੂੰ ਪਹਿਲਾਂ ਹੀ, ਜਾਂ ਸਰਕਾਰ ਨੇ ਜਾਂ ਸਾਡੇ ਕੁਛ ਲੋਕਾਂ ਨੇ ਇਸ ਤਰੀਕੇ ਨਾਲ ਪੇਸ਼ ਕਰਤਾ ਸੀ ਵੀ ਸਾਨੂੰ ਤਾਂ ਅਕਲ ਘੱਟ ਹੈ। ਹੁਣ ਪੇਸ਼ ਕਰੋ ਆਪਦੀ ਅਕਲ ਨੂੰ, ਆਪਦੀ ਕੁਆਲਿਟੀ ਨੂੰ, ਆਪਦੀ ਲਿਆਕਤ ਨੂੰ, ਆਪਦੀ ਯੋਗਤਾ ਨੂੰ ਵੀ ਅਸੀਂ ਕੁਛ ਜਾਣਦੇ ਹਾਂ। ਸੋ ਰੈਗੂਲਰ ਮੁਲਾਜ਼ਮ ਨੂੰ ਬੜੇ ਬੈਨੀਫਿਟ ਮਿਲਦੇ ਹੁੰਦੇ ਆ, ਜਿਹਦੇ ਵਿੱਚੋਂ ਸਾਨੂੰ ਇੱਕ ਵੀ ਨਹੀਂ ਮਿਲਦਾ। ਜਿਹੜਾ ਨਾ ਸਾਨੂੰ ਮੂਹਰੇ ਮਿਲਣ ਦਾ ਵੀ ਕੋਈ ਰਸਤਾ ਨਹੀਂ ਹੈਗਾ ਲੈਟਰ ਦੇ ਵਿੱਚ, ਕਿਸੇ ਵੀ ਤਰੀਕੇ ਨਾਲ ਸਾਡੇ 'ਤੇ ਕੋਈ ਚੀਜ਼ ਲਾਗੂ ਨਹੀਂ ਹੋਊਗੀ। ਸਰਕਾਰ ਨੇ ਇਹੋ ਜਿਹਾ ਪੈਟਰਨ ਬਣਾਇਆ, ਜੇ ਸਰਕਾਰ ਨੇ ਕੋਈ ਇਹੋ ਜਿਹਾ ਪੈਟਰਨ ਬਣਾਇਆ ਹੁੰਦਾ ਜਿਹਦੇ ਵਿੱਚੋਂ ਪਤਾ ਲੱਗਦਾ ਵੀ ਮੂਹਰੇ ਕੁਛ ਨਾ ਕੁਛ ਲਾਗੂ ਹੋ ਜੂਗਾ, ਤਾਂ ਵੀ ਤੁਹਾਨੂੰ ਦੱਸਿਆ ਜਾਂਦਾ। ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਲਾਗੂ ਹੋਣੀਆਂ ਸੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੀਆਂ ਸੀਗੀਆਂ। ਸੋ ਹੁਣ ਮੂਹਰੇ ਵੱਧ ਤੋਂ ਵੱਧ ਛੁੱਟੀਆਂ ਵਾਲੀ ਗੱਲ ਹੈਗੀ, ਤੁਹਾਡੀਆਂ ਬਦਲੀਆਂ ਬੁਦਲੀਆਂ ਕਿਵੇਂ ਹੋਣਗੀਆਂ ਇਹੋ ਜਿਹਾ ਕੁਛ ਹੈਗਾ, ਪਰ ਇੱਕ ਮੁਲਾਜ਼ਮ ਨੂੰ ਮਿਲਣ ਵਾਲੇ ਬੈਨੀਫਿਟ ਨੇ ਜਿਹੜੇ, ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਹੋਊਗੀ, ਉਹਦੇ ਵਾਸਤੇ ਸੰਘਰਸ਼ ਕਰਨਾ ਪਊਗਾ। ਸੋ ਬਹੁਤ ਬਹੁਤ ਧੰਨਵਾਦ ਸਾਥੀਆਂ ਦਾ ਜਿਹੜੇ ਹੁਣ ਤੱਕ ਸਾਥ ਦੇ ਰਹੇ ਆ, ਇੰਨਾ ਲੰਬਾ ਸਮਾਂ ਸਾਥ ਦਿੱਤਾ। ਆਹ ਪ੍ਰੋਗਰਾਮ ਪਿੱਛੇ ਆਪਾਂ ਦੜਬੇ ਰੈਲੀ ਕਰਕੇ ਹਟੇ ਹਾਂ, ਬਹੁਤ ਇੱਕ ਬੰਦਾ 10-10 ਬੰਦਿਆਂ ਦੀ ਪਾਵਰ ਰੱਖਦਾ ਸੀਗਾ ਉਸ ਰੈਲੀ ਦੇ ਵਿੱਚ, ਮਹਿਸੂਸ ਹੋਇਆ। ਸੋ ਸਾਡੇ ਕੋਲ ਵਧੀਆ ਸੂਝਵਾਨ ਸਟਰੋਂਗ ਬੰਦੇ ਨੇ, ਸਾਰੀ ਸਮਝ ਰੱਖਣ ਵਾਲੇ ਨੇ, ਆਪਣੀ ਮੰਗ ਨੂੰ ਸਹੀ ਤਰੀਕੇ ਨਾਲ ਸਰਕਾਰ ਦੇ ਅੱਗੇ ਪੁੱਟ ਕਰਨ ਵਾਲੀ ਸਾਡੀ ਟੀਮ ਹੈ ਮਨਪ੍ਰੀਤ ਸਿੰਘ ਮੋਗਾ ਦੀ। ਹੋਰ ਸਾਡੇ ਸਾਥੀ ਵੀ ਸਹਿਯੋਗ ਕਰੋ, ਇਸ ਟੀਮ ਨੂੰ ਵੱਡਾ ਕਰੀਏ, ਇਸ ਕਾਫਲੇ ਨੂੰ ਵੱਡਾ ਕਰੀਏ। ਬਹੁਤ ਬਹੁਤ ਧੰਨਵਾਦ।